मैं करमजीत कौर शहर बठिंडा ਧੋਬੀਆਣਾ ਵਸਤੀ ਕੱਚਾ ਧੋਬੀਆਣਾ ਗਲੀ ਨੰਬਰ 5 ਵਟਾ ਚ ਰਹਿਣ ਵਾਲੇ ਹਾਂ ਇੱਥੇ ਦੀ ਵਸਨੀਕ ਹਾਂ ਅਸੀਂ ਸਾਨੂੰ ਇੱਥੇ ਰਹਿੰਦੇ ਨੂੰ ਘੱਟੋ ਘੱਟ 20 ਸਾਲ ਹੋ ਗਏ ਠੀਕ ਹੈ ਸਾਡੀਆਂ ਵੋਟਾਂ ਵੀ ਨੇ ਸਾਡੇ ਰਾਸ਼ਨ ਕਾਰਡ ਵੀ ਬਣੇ ਹੋਏ ਨੇ ਲੇਕਿਨ ਜੋ ਗਵਰਨਮੈਂਟ ਵੱਲੋਂ ਰਾਸ਼ਨ ਆਇਆ ਥੋੜਾ ਉਹਦੇ ਤੁਹਾਨੂੰ ਦਰਸ਼ਨ ਕਰਾ ਦਈਏ ਆ ਦੇਖੋ ਜੀ ਹਾਂਜੀ ਕਰਾਓ ਜੀ ਆ ਦੇਖੋ ਜੀ ਇਹ ਹੈਗੀ ਜੀ ਚਾਹ ਪੱਤੀ ਇਹ ਮੇਰੇ ਹਿਸਾਬ ਨਾਲ 10 ਰੁਪਏ ਦੀ ਹੋਊਗੀ ਜੀ ਜਿੱਥੇ ਤੱਕ ਮੇਰਾ ਅੰਦਾਜ਼ਾ ਹੈਗਾ ਇਹ ਆ ਦੇਖੋ ਜੀ 10 ਰੁਪਏ ਦੀਆਂ ਮਿਰਚਾਂ ਹੋਣਗੀਆਂ ਆ 10 ਰੁਪਏ ਦੀ ਹਲਦੀ ਹੈ ਜੀ ਆ ਇੱਕ 10 ਰੁਪਏ ਦੀ ਨੂਨ ਦੀ ਥੈਲੀ ਹੈ ਜੀ ਹਾਂ ਆ ਜੀ 30 ਰੁਪਏ ਦਾ 50 ਦਾ ਹੋਊਗਾ ਵੱਤ ਵੱਤ ਜੀ ਆ ਇੱਕ ਰਫੈਂਡ ਦਾ ਪੈਕਟ ਹੈ ਜੀ ਆਹ ਜੀ ਅੱਧਾ ਕਿਲੋ ਖੰਡ ਹੈਗੀ ਹੈ ਜੀ 20 ਰੁਪਏ ਦੀ ਹੋਊਗੀ ਵੱਤ ਵੱਤ ਜੀ ਆ ਚਾਵਲ ਹੈ ਜੀ ਜਿਹੜੇ ਗੱਡੀਆਂ ਖੋਲ ਕੇ ਦਿਖਾਓ ਇਹ ਤਾਂ ਜੀ ਮੈਨੂੰ ਐ ਲੱਗਦਾ ਜੀ ਜਿਵੇਂ ਜਿਹੜੇ ਆਪਾਂ ਲੋਕ ਸਪੈਸ਼ਲ ਲਾਉਂਦੇ ਆ ਜੀ ਟਰੱਕਾਂ ਵਾਲੇ ਜਿਹੜੇ ਥੱਲੇ ਸੁੱਟ ਦਿੰਦੇ ਆ ਗੰਦੇ ਚਾਵਲ ਉਹ ਲੱਗਦੇ ਆ ਜੀ ਆ ਦੇਖੋ ਜੀ ਇਹਨਾਂ ਦੇ ਪੰਪਲੈਂਟ ਵੀ ਪਾਏ ਆ ਜੀ ਦੇਖੋ ਲਫਾਵਿਆਂ ਦੇ ਵਿੱਚ ਆ ਦੇਖੋ ਜੀ ਉੱਪਰ ਲਿਖਿਆ ਵੀ ਹੋਇਆ ਬਠਿੰਡਾ ਵਾਸੀ ਸ਼ਹਿਰ ਬਠਿੰਡਾ ਮਨਪ੍ਰੀਤ ਇਹ ਜੀ ਮੇਰੇ ਹਿਸਾਬ ਨਾਲ ਰਾਸ਼ਨ ਨਹੀਂ ਦੇ ਰਹੇ ਲੋਕਾਂ ਨੂੰ ਇਹ ਆਪਦੀਆਂ ਵੋਟਾਂ ਪੱਕੀਆਂ ਕਰ ਰਿਹਾ ਕਿ ਇਹ ਮੈਂ ਹੁਣ ਤੁਹਾਡੀ ਹੁਣ ਇਸ ਟਾਈਮ ਮੁਸੀਬਤ 'ਚ ਹੈਲਪ ਕਰ ਰਿਹਾ ਤੇ ਤੁਸੀਂ ਵੋਟਾਂ ਵੇਲੇ ਮੇਰੀ ਹੈਲਪ ਕਰੋ ਆ ਦੇਖੋ ਜੀ ਇਹ ਮੈਨੂੰ ਐਂ ਦੱਸੋ ਵੀ ਇਹ ਜਿਹੜਾ ਰਾਸ਼ਨ ਹੈਗਾ ਇਹਦੇ ਨਾਲ ਅਸੀਂ ਕਿੰਨੇ ਦਿਨ ਗੁਜ਼ਾਰ ਸਕਦੇ ਹਾਂ ਕਿੰਨੇ ਕੁ ਦਿਨ ਗੁਜ਼ਾਰ ਸਕਦੇ ਹਾਂ ਕਿਲੋ ਆਟਾ ਵੱਧ ਤੋਂ ਵੱਧ ਜੀ 5 ਕਿਲੋ ਆਟਾ ਮੇਰੇ ਘਰ ਦੇ 4 ਮੈਂਬਰ ਹੈ ਜੀ 2 ਕਿਲੋ ਆਟਾ ਸਾਡੇ ਸਵੇਰ ਸ਼ਾਮ ਪੱਕਦਾ ਜੀ ਇੱਕ ਦਿਨ ਦਾ ਜੀ ਵੱਧ ਤੋਂ ਵੱਧ 2 ਦਿਨ ਗੁਜ਼ਾਰ ਲਾਂਗੇ ਜੀ ਅਸੀਂ ਮੈਨੂੰ ਐਂ ਦੱਸੋ ਉਸ ਬੰਦੇ ਸਾਡੇ ਘਰੇ ਬੈਠੇ ਆ ਇਹ ਰਾਸ਼ਨ ਅਸੀਂ ਕਿੱਥੇ ਲੈ ਕੇ ਜਾਵਾਂਗੇ ਇਹ ਚੌਲਾਂ ਦਾ ਆਟਾ ਕਣਕ ਦਾ ਉਹ ਵੀ ਜੀ ਚੌਲਾਂ ਦਾ ਆਟਾ ਜਿਹੜਾ ਸੈਂਟਰ ਸਰਕਾਰ ਚੋਂ ਆਟਾ ਆਇਆ ਜੀ ਉਹ ਤਾਂ ਸਾਨੂੰ ਦੇ ਹੀ ਨਹੀਂ ਰਹੇ ਉਹ ਤਾਂ ਜਿਹੜੇ ਮੁੱਖ ਮੈਂਬਰ ਹੈਗੇ ਮੂਹਰੇ ਜਿਵੇਂ ਕਿ ਸਾਡੇ ਅਸ਼ੋਕ ਪ੍ਰਧਾਨ ਹੋ ਗਏ ਸਾਡੇ ਐਮਸੀ ਸਾਹਿਬ ਹੋ ਗਏ ਠੀਕ ਹੈ ਸਾਡੇ ਮਾਨਯੋਗ ਇੱਥੇ ਰਹਿੰਦੇ ਨੇ ਗਿੱਲ ਸਾਹਿਬ ਮਾਨਯੋਗ ਸਾਡੇ ਕੀ ਨਾਂ ਲੈਂਦੇ ਆ ਰਹਿੰਦਾ ਬਿਰਾਮ ਸਿੰਘ ਫਿਰ ਹੋਰ ਸਾਡੇ ਹੋਰ ਬਥੇਰੇ ਮੁੰਡੇ ਹੈਗੇ ਨੇ ਜਿਵੇਂ ਕਿ ਗੁਰਜੰਟ ਸਿੰਘ ਹੋ ਗਿਆ ਇੱਥੇ ਗੁਰਪ੍ਰੀਤ ਗੋਪੀ ਸਿੰਘ ਹੋ ਗਿਆ ਬੰਟੀ ਸਿੰਘ ਹੋ ਗਿਆ ਬਹੁਤ ਲੋਕ ਮੈਂਬਰ ਜੀ ਪ੍ਰਧਾਨ ਹੈਗੇ ਮੂਹਰੇ ਜਿਹੜੇ ਕਿ ਰਾਸ਼ਨ ਵੰਡ ਰਹੇ ਸਾਡੇ ਗਰੀਬਾਂ ਤੱਕ ਤੇ ਪਹੁੰਚਣ ਹੀ ਨਹੀਂ ਦਿੰਦੇ ਜੀ ਆਪਣੀਆਂ ਗਲੀਆਂ ਕਲੀਅਰ ਕਰਦੇ ਪਹਿਲਾਂ ਇਹ ਫਿਰ ਬਾਕੀ ਦੇ ਆਪਣੇ ਜਿਹੜੇ ਇਹਨਾਂ ਦੇ ਵਰਕਰ ਨੇ ਜਿਹੜੇ ਵੋਟਾਂ ਦਿੰਦੇ ਆ ਇਹਨਾਂ ਨੂੰ ਇਹਨਾਂ ਦੇ ਉਹਨਾਂ ਦੇ ਵਰਕਰ ਨੇ ਮੇਨ ਉਹਨਾਂ ਨੂੰ ਇਹ ਰਾਸ਼ਨ ਪਹੁੰਚਾਇਆ ਜਾ ਰਿਹਾ ਜੇ ਕੁਛ ਬਚ ਜੇ ਤਾਂ ਦੇਖੋ ਆ ਬੀਬਾ ਨੂੰ ਦੇ ਕੇ ਗਏ ਸੀ ਆ ਬੀਬਾ ਇੱਕ ਰਹਿ ਗਈ ਸੀ ਇਹਨਾਂ ਤੋਂ ਜਿੰਨੇ ਮੈਂਬਰ ਖੜੇ ਆ ਇੱਥੇ ਦੇਖੋ ਕਿੰਨੇ ਮੈਂਬਰ ਖੜੇ ਆ ਕਿਸੇ ਨੂੰ ਕੋਈ ਰਾਸ਼ਨ ਨਹੀਂ ਦਿੱਤਾ ਗਿਆ ਇੱਕ ਮੈਂਬਰ ਨੂੰ ਦਿੱਤਾ ਇੱਕ ਮੈਂਬਰ ਨੂੰ ਦਿੱਤਾ ਗਿਆ ਇੱਕ ਆ ਮੈਂਬਰ ਨੂੰ ਬਸ ਇਕੱਲੇ ਨੂੰ ਆ ਬੀਬਾ ਦੇਖੋ ਬੀਬਾ ਜੀ ਖੜੇ ਹੋ ਮੜਾ ਆਪਦਾ ਨਾਮ ਦੱਸਿਓ ਇਹਨਾਂ ਨੂੰ ਮੈਡਮ ਨਾਮ ਕੀ ਹੈ ਤੁਹਾਡਾ ਜਸਵੀਰ ਕੌਰ ਜਸਵੀਰ ਕੌਰ ਇਹ ਤੁਹਾਨੂੰ ਦੇ ਰਾਸ਼ਨ ਤੁਹਾਨੂੰ ਦੇਖ ਗਿਆ ਜੀ ਰਾਸ਼ਨ ਹਾਂਜੀ ਤੁਹਾਨੂੰ ਦੇਖ ਗਿਆ ਸਾਨੂੰ ਤਾਂ ਮਿਲੇ ਨਹੀਂ ਹਨਾ ਤੁਹਾਨੂੰ ਪਤਾ ਹੀ ਹੈ ਹਾਂ ਸਾਨੂੰ ਤਾਂ ਮਿਲੇ ਨਹੀਂ ਸਾਨੂੰ ਤਾਂ ਮਿਲੇ ਨਹੀਂ ਜੀ ਤੁਹਾਨੂੰ ਪਤਾ ਹੀ ਹੈ ਇਹ ਬੀਬਾ ਨੂੰ ਦੇ ਕੇ ਗਏ ਸੀ ਇਹ ਜਿਹੜਾ ਸਾਨੂੰ ਰਾਸ਼ਨ ਦੇ ਕੇ ਗਏ ਆ ਇਹ ਸਾਡੇ ਪੜੋਸੀ ਨੇ ਉਹਨਾਂ ਨੂੰ ਦੇ ਕੇ ਗਏ ਦੇਖੋ ਜੀ ਕੀ ਰਾਸ਼ਨ ਦੇ ਕੇ ਗਏ ਦੇਖੋ ਇਹਦੇ ਵਿੱਚ ਮੈਨੂੰ ਤਾਂ ਲੱਗਦਾ ਨਹੀਂ ਵੀ ਇਹ ਬੀਬਾ ਦਾ ਇਹ ਮਾਤਾ ਦਾ 4 ਮੈਂਬਰ ਹੈਗਾ ਘਰ ਦੇ ਵੀ ਗੁਜ਼ਾਰਾ ਹੋ ਜਾਊਗਾ ਮਹੀਨੇ ਦਾ ਪਰ ਜੇ ਮਨਪ੍ਰੀਤ ਕਹਿੰਦਾ ਵੀ 4 ਮਹੀਨੇ ਦਾ 1 ਮਹੀਨੇ ਦਾ ਗੁਜ਼ਾਰਾ ਹੋ ਜਾਊਗਾ 4 ਮੈਂਬਰਾਂ ਦਾ ਇੰਨੇ ਉਸ ਨਾਲ ਤਾਂ ਅਸੀਂ ਮੰਨ ਲੈਨੇ ਇਹਨੂੰ ਇੱਕ ਵਾਰੀ ਮਨਪ੍ਰੀਤ ਨੂੰ ਸਾਡੀ ਇਹ ਆਵਾਜ਼ ਹੈ ਜਿਹੜੀ ਮਨਪ੍ਰੀਤ ਤੱਕ ਪਹੁੰਚਾਈ ਜਾਵੇ ਇੰਨਾ ਸਮਾਨ ਵੀ ਇਹਦਾ ਇੰਨਾ ਸਮਾਨ ਜਿੰਨਾ ਵੀ ਹੈਗਾ ਜੇ ਮਨਪ੍ਰੀਤ ਦਾ ਕੋਈ ਵੀ ਵਰਕਰ ਮਹੀਨਾ ਕੱਢ ਲੇ 1 ਮਹੀਨਾ ਕੱਢ ਲੇ ਤਾਂ ਮੈਂ ਸਾਰੀ ਉਮਰ ਤੈ ਦਿਲੋਂ ਨਾ ਤਾਂ ਮਨਪ੍ਰੀਤ ਨੂੰ ਵੋਟ ਪਾਉਂਗੀ ਨਾਲੇ ਜੇ ਮਨਪ੍ਰੀਤ ਮੈਨੂੰ ਕਹੇ ਨਾ ਮੇਰੇ ਘਰ ਜਾ ਕੇ ਪਹੁੰਚਾ ਲਾ ਮੈਂ ਰੈਡੀ ਹਾਂ ਮੈਂ ਸਾਰੀ ਉਮਰ ਮਨਪ੍ਰੀਤ ਦੇ ਘਰ ਚ ਪਹੁੰਚਾ ਲਾਉਂਗੀ ਜੇ ਮਨਪ੍ਰੀਤ ਐਨੇ ਰਾਸ਼ਨ 1 ਮਹੀਨਾ ਕੱਢ ਦਿੱਤਾ